2013 ਮੇਰੇ ਵਾਸਤੇ ਬੜਾ ਲੱਕੀ ਰਿਹਾ ਕਿਉਂਕਿ ਪੀਟੀਸੀ ਮੋਸ਼ਨ ਪਿਕਚਰਸ ਦੀ ਫਿਲਮ ਜਿਹੜੀ ਹੈ ਫਿਰ ਮਾਮਲਾ ਗੜਬੜ ਗੜਬੜ ਇਹ ਸਾਲ ਰਿਲੀਜ਼ ਹੋਈ ਜਿਨੇ ਮੈਨੂੰ ਵਰਲਡਵਾਈਡ ਬਹੁਤ ਸਾਰੀ ਰੈਕਗਨਿਸ਼ਨ ਦਵਾਈ ਐਸ ਐਨ ਐਕਟਰ ਦੈਨ ਨੋਟੀ ਜਟਸਾਈ ਦੋਨੇ ਫਿਲਮਾਂ ਮਰੀਆਂ ਬਹੁਤ ਵਧੀਆ ਲੋਕਾਂ ਨੇ ਪਸੰਦ ਕੀਤੀਆਂ ਮੇਰੇ ਵਾਸਤੇ ਬੜਾ ਖੁਸ਼ੀ ਦਾ ਸਾਲ 2013 ਚ ਮੇਰਾ ਗਾਇਆ ਹੋਇਆ ਸਭ ਤੋਂ ਫੇਵਰਿਟ ਜਿਹੜਾ ਗਾਣਾ ਹੈ ਉਹ ਹੈਗਾ ਨੱਚ ਲੋ ਵੀ ਜੀਦਾ ਜੀਦਾ ਦਿਲ ਕਰਦਾ ਫੇਰ ਨਾ ਕਿ ਹੋ ਕੇ ਵਾਜਾ ਬੰਦ ਕਰਤਾ ਇਹ ਗਾਣਾ ਬੇਸਿਕਲੀ ਪੀਟੀਸੀ ਦੀ ਫਿਲਮ ਜਿਹੜੀ ਫਿਰ ਮਾਮਲਾ ਗੜਬੜ ਗੜਬੜ ਉਹਦਾ Song ਹੈਗਾ ਜਿਹਦੇ ਅਸੀਂ ਸਾਰੇ ਕਰੂ ਨੇ ਇਕੱਠਿਆਂ ਨੇ ਡਾਂਸ ਕੀਤਾ ਉਹ ਨੱਚ ਲੋ ਵੀ ਜੀਦਾ ਜੀਦਾ ਦਿਲ ਕਰਦਾ ਫੇਰ ਨਾ ਕਿ ਹੋ ਕੇ ਵਾਜਾ ਬੰਦ ਕਰਤਾ ਵਜੂ ਜਿੰਨਾ ਚਿਰ ਵੋਲੀ ਹਮ ਫੁੱਲ ਵਜਣਾ ਡਾਂਸ ਫਲੋਰ ਖਾਲੀ ਹੋਣਾ ਅੱਜ ਨਾ ਤੇ ਵੇੜਾ ਸੋਹਣੀ ਸੋਹਣੀ ਕੁੜੀਆਂ ਨੇ ਆਕੇ ਭਰਤਾ ਨੱਚ ਲੋ ਅੱਜਕਲ ਬਹੁਤ ਸਾਰਾ ਨਵਾਂ ਟੈਲੈਂਟ ਜਿਹੜਾ ਉਹ ਸਾਹਮਣੇ ਆ ਰਿਹਾ ਮੈਨੂੰ ਬਹੁਤ ਸਾਰੇ ਗਾਣੇ ਐਸੇ 2013 ਦੇ ਵਿੱਚ ਮੈਨੂੰ ਸੁਣਨ ਨੂੰ ਮਿਲੇ ਜਿਹੜੇ ਮੇਰੇ ਦਿਲ ਦੇ ਬਹੁਤ ਕਰੀਬ ਨੇ ਉਹਨਾਂ ਚੋਂ ਜੇ ਦੇਖਿਆ ਜਾਵੇ ਕਿ ਫੇਵਰਟ ਸਭ ਤੋਂ ਜ਼ਿਆਦਾ ਮੇਰਾ ਹੈਗਾ ਹਾਰਦੀ ਸੰਧੂ ਦਾ ਗਾਇਆ ਗਾਣਾ ਸੋਚ ਔਰ ਇਸ ਗਾਣੇ ਨੂੰ ਮੈਂ ਪਤਾ ਨਹੀਂ ਜਦੋਂ ਦਾ ਇਹ ਰਿਲੀਜ਼ ਹੋਇਆ ਕਿੰਨੀ ਵਾਰੀ ਸੁਣ ਚੁੱਕਿਆ ਹਾਂ ਮੇਰਾ ਫੇਵਰਿਟ ਗਾਣਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਨੇ ਲਗਾਤਾਰ ਉਹ ਹੋਈਆਂ ਨੇ ਲੋਕਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਸਬਜੈਕਟਸ ਨੂੰ ਪਸੰਦ ਕੀਤਾ ਮੇਰਾ ਜਿਹੜਾ 2014 ਦਾ ਸਭ ਤੋਂ ਪਹਿਲਾ ਪ੍ਰੋਜੈਕਟ ਹੋਏਗਾ ਉਹ ਹੋਏਗਾ ਕਿਰਪਾਨ ਦ ਸਵਾਰਡ ਆਫ ਆਨਰ ਕਿਰਪਾਨ ਬੇਸਿਕਲੀ ਪੈਟਰੋਟਿਜ਼ਮ ਔਰ ਸਿੱਖੀਜ਼ਮ ਨਾਲ ਰਿਲੇਟਡ ਇੱਕ ਸਬਜੈਕਟ ਹੈਗਾ ਜਿਹੜਾ ਬਿਲਕੁਲ ਟੋਟਲੀ ਡਿਫਰੈਂਟ ਹੈਗਾ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਨੂੰ ਨਵਾਂ ਮੋੜ ਦੇਗਾ